ਅੱਜ ਵਰਸਿੱਤੇ ਬੰਚੋ ਥੋੜਾ ਨੀਚੇ ਕਰ ਲਓ ਮੂਸੇਵਾਲਾ ਦੇ ਵਰਸਿੱਤੇ ਬੰਚੋ ਵਾਲੇ ਵੀ ਜਿਹੜਾ ਅੱਜ ਪਰਿਵਾਰ ਨੇ ਜਿਹੜਾ ਗਰਤ ਬਿਆਨ ਕੀਤਾ ਦੇਖੋ ਇੱਕ ਤਾਂ ਪਹਿਲਾਂ ਬਹੁਤ ਦੁੱਖ ਹੈ ਬੜਾ ਅਫਸੋਸ ਆ ਨਾ ਸਿਰਫ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਨੂੰ ਰੰਜਾ ਇਹ ਪੰਜਾਬ ਦੇ ਸਮੂਹ 3 ਕਰੋੜ ਲੋਕਾਂ ਦਾ ਅਪਮਾਨ ਹੋਇਆ ਪਿਛਲੇ 1 ਸਾਲ ਵਿੱਚ 1 ਸਾਲ ਥੋੜਾ ਸਮਾਂ ਨਹੀਂ ਹੁੰਦਾ ਅੱਜ ਵੀ ਉਹਨਾਂ ਦੇ ਮਾਪਿਓਂ ਘਰ ਲਾ ਰਹੇ ਨੇ ਜੋ ਡਿਟੇਲਸ ਬੇਇਨਸਾਫੀ ਦੀਆਂ ਉਹ ਜਾਣਦੇ ਨੇ ਉਹ ਸ਼ਾਇਦ ਤੁਸੀਂ ਮੈਨੂੰ ਜਾਣਦੇ ਹੋ ਔਰ ਜਿਸ ਢੰਗ ਦੇ ਨਾਲ ਵਿਧਾਨ ਸਭਾ ਦੇ ਵਿੱਚ ਗੱਲ ਉਠਾਈ ਗਈ ਕਿ ਤੁਸੀਂ ਜਿਨ੍ਹਾਂ ਲੋਕਾਂ ਨੇ ਉਹਦੀਆਂ ਸਿਕਿਉਰਿਟੀ ਡਿਟੇਲਸ ਸ਼ੇਅਰ ਕੀਤੀਆਂ ਸੋਸ਼ਲ ਮੀਡੀਆ ਤੇ 11 ਮਹੀਨਿਆਂ ਬਾਅਦ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਿਸੇ ਪੁਲਿਸ ਵਾਲੇ ਨੇ ਸੱਦਿਆ ਵੀ ਨਹੀਂਗਾ ਚਾਹੇ ਉਹ ਬਲਤੇਜ ਪੰਨੂ ਆ ਉਲਟਾ ਉਹਨੂੰ ਨਾਮ ਦੇ ਕੇ ਮੀਡੀਆ ਐਡਵਾਈਜ਼ਰ ਬਣਾਇਆ ਭਗਵੰਤ ਸਿੰਘ ਮਾਨ ਨੇ ਚਾਹੇ ਉਹ ਕੋਈ ਆਯੂਸ਼ੀ ਲੜਕੀ ਹੈ ਚਾਹੇ ਭਗਵੰਤ ਸਿੰਘ ਮਾਨ ਆਪ ਜਿਹਨੇ ਆਫੀਸ਼ੀਅਲ ਪੇਜ ਦੇ ਉੱਤੇ ਸਿਕਿਉਰਿਟੀ ਡਿਟੇਲਸ ਜਿਹੜੇ ਜਿਹੜੇ ਆਗੂਆਂ ਦੀ ਸਮੇਤ ਸਿੱਧੂ ਮੂਸੇਵਾਲੇ ਸ਼ੇਅਰ ਕੀਤੀ ਉਹ ਬਹੁਤ ਵੱਡੀ ਅਵਗਿਆ ਸੀ ਔਰ ਮੈਨੂੰ ਦੁੱਖ ਇਸ ਤੋਂ ਵੀ ਗਾਹ ਹੋਇਆ ਜਦੋਂ ਵਿਧਾਨ ਸਭਾ ਦੇ ਵਿੱਚ ਅਮਨ ਰੋੜੇ ਨੇ ਇਹਨੂੰ ਜਸਟੀਫਾਈ ਕੀਤਾ ਵਾ ਕਿ ਅਸੀਂ ਤਾਂ ਦੋ ਗਨਮੈਨ ਦਿੱਤੇ ਹੋਏ ਸੀ ਕਿ ਦੋ ਗਨਮੈਨ ਨਹੀਂ ਲੈ ਕੇ ਗਿਆ ਭਗਵੰਤ ਸਿੰਘ ਮਾਨ ਹਜ਼ਾਰ ਗਨਮੈਨ ਲੈ ਕੇ ਜਾਵੇ ਉਹਦੀ ਮਾਤਾ ਉਹਦੀ ਭੈਣ ਉਹਦੀ ਘਰ ਵਾਲੀ ਦੋ ਦੋ ਸੌ ਢਾਈ ਢਾਈ ਸੌ ਗਨਮੈਨ ਚੱਕੀ ਫੇਰ ਆ ਇਹਨਾਂ ਦੇ ਜਿਹੜੇ ਖੋਤੀ ਕਹਿੰਦੇ ਸੀ ਆ ਬੋਕਰ ਵਾਲੇ ਕਹਿੰਦੇ ਸੀ ਆਮ ਆਦਮੀ ਆ ਇਹ ਦਰਜਨਾ ਸੈਂਕੜੇ ਕਮਾਂਡੋ ਇਹਨਾਂ ਦੇ ਮინისტრਜ਼ ਐਮ ਐਲ ਏ ਚੱਕੀ ਫਿਰਨ ਤੇ ਸਿੱਤੂ ਮੁੱਛ ਵਾਲਿਆਂ ਨੂੰ ਕਹਿੰਦੇ ਤੈਨੂੰ ਦੋ ਗਨ ਮੈਨੂੰ ਦਿੱਤੇ ਹੋਏ ਸੀ ਇਹਨੂੰ ਕਹਿੰਦੇ ਨੇ ਕਿਸੇ ਦੇ ਚਖਮ ਦੇ ਉੱਤੇ ਲੂਣ ਛਿੜਕਣਾ ਔਰ ਦੂਸਰਾ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਆਰਟੀਆਈ ਪਾ ਕੇ ਦੇਖੋ ਕਦੀ ਤੁਹਾਨੂੰ ਸਿਕਿਉਰਿਟੀ ਦੀ ਡਿਟੇਲ ਦਿੰਦੀ ਕੋਈ ਸਰਕਾਰ ਮੈਂ ਬਹੁਤ ਵਾਰੀ ਪਾ ਕੇ ਦੇਖਿਆ ਕਿ ਪੂਰਾ ਵੇਰਵਾ ਦਿਓ ਸਾਨੂੰ ਸਿਕਿਉਰਿਟੀ ਡਿਟੇਲਸ ਮੰਤਰੀਆਂ ਦੀ ਭਗਵੰਤ ਮਾਨ ਦੀ ਪਰਾਨੀਆਂ ਸਰਕਾਰਾਂ ਚੋ ਕਹਿੰਦੇ ਜੀ ਵੀ ਕੈਨੋਟ ਸ਼ੇਅਰ ਸਕਿਉਰਿਟੀ ਡਿਟੇਲਸ ਬਿਕੋਜ਼ ਆਫ ਸਕਿਉਰਿਟੀ ਰੀਜ਼ਨਸ ਬਿਕੋਜ਼ ਆਫ ਸੇਫਟੀ ਜਿਹੜੀ ਚੀਜ਼ ਤੁਹਾਨੂੰ ਆਰਟੀਆਈ ਜਿੱਨੀ ਮਿਲ ਸਕਦੀ ਤੁਸੀਂ ਚੱਕ ਕੇ ਫੇਸਬੁਕਾਂ ਤੇ ਟਵਿੱਟਰ ਤੇ ਪਾ ਰਹੇ ਹੋ ਸੋ ਸਭ ਤੋਂ ਪਹਿਲੀ ਵੱਡੀ ਗੱਲ ਇਹ ਆ ਕਿ ਤੁਰੰਤ ਅੱਜ ਤੁਸੀਂ ਦੇਖ ਲਿਆ ਇਹ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਜਿਹਨਾਂ ਲੋਕਾਂ ਨੇ ਸਕਿਉਰਿਟੀ ਡਿਟੇਲਸ ਸ਼ੇਅਰ ਕੀਤੀਆਂ ਆਪਣੇ ਪੇਜਾਂ ਤੇ ਉਹ ਸਾਰਿਆਂ ਦੇ ਖਿਲਾਫ ਕਾਰਵਾਈ ਤੇ ਪਰਚੇ ਵਿੱਚ ਨਾਮ ਹੋਣਾ ਚਾਹੀਦਾ ਦੂਸਰਾ ਲਾਰੈਂਸ ਪਿਛਤੋਈ ਪੰਜਾਬ ਜਿਹੜਾ ਜਿਹੜਾ ਭਗਵੰਤ ਸਿੰਘ ਮਾਨ ਕਹਿੰਦਾ ਕਿ ਮੈਨੂੰ ਕੱਲੀ ਕੱਲੀ ਗੱਲ ਦਾ ਪੰਜਾਬ ਦੇ ਵਿੱਚ ਪਤਾ ਉਹ ਸ਼ਰੀਆਮ ਜੇਲ੍ਹਾਂ ਚੋਂ ਬੈਠਾ ਇੰਟਰਵਿਊ ਦੇ ਰਿਹਾ ਵਾ ਠੀਕ ਹੈ ਡੀਜੀਪੀ ਸਾਹਿਬ ਕਹਿੰਦੇ ਉਹ ਸਾਡੀ ਬਠਿੰਡੇ ਦੀ ਜੇਲ ਨਹੀਂ ਸਾਡੀ ਜੇਲ ਨਹੀਂ ਫਿਰ ਦੱਸਣਾ ਕਿੱਥੇ ਆ ਕਸਟਡੀ ਕਿਸ ਦੀ ਚਾ ਉਹ ਉਹ ਅਮਰੀਕਨ ਪੁਲਿਸ ਦੀ ਕਸਟਡੀ ਤਾਂ ਹੈ ਨਹੀਂਗਾ ਕੈਨੇਡੀਅਨ ਪੁਲਿਸ ਦੀ ਕਸਟਡੀ ਚ ਨਹੀਂਗਾ ਉਹ ਕਸਟਡੀ ਪੰਜਾਬ ਦੀ ਪੁਲਿਸ ਵਿੱਚ ਆ ਉਹ ਕੀ ਸੀਆਈਏ ਦੇ ਵਿੱਚ ਜਦੋਂ ਉੱਥੋਂ ਰੱਖਿਆ ਗਿਆ ਕਿ ਉਸ ਤੋਂ ਦੀ ਇੰਟਰਵਿਊ ਰਿਕਾਰਡਡ ਆ ਜੇ ਜੇਲ੍ਹ ਵਿੱਚ ਆ ਤੇ ਕਿਹੜੀ ਜੇਲ੍ਹ ਵਿੱਚ ਆ ਅਗਰ ਰਾਜਸਥਾਨ ਦੀ ਜੇਲ੍ਹ ਵਿੱਚ ਤਾਂ ਫਿਰ ਪੰਜਾਬ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਵਾ ਲੇਕਿਨ ਜਿਸ ਢੰਗ ਦੇ ਨਾਲ ਉਸ ਦੀ ਇੰਟਰਵਿਊ ਨੂੰ ਛਾਇਆ ਕੀਤਾ ਗਿਆ ਜਿਸ ਢੰਗ ਦੇ ਨਾਲ ਅੱਜ ਦੀ ਵਰਸੀ ਦੇ ਮੌਕੇ ਤੇ ਬਿਲਕੁਲ ਐਨ ਮੌਕੇ ਤੇ ਪਹਿਲਾਂ ਕੱਲ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਨ ਮੈਨੂੰ ਸ਼ੱਕ ਆ ਕਿ ਉਹ ਗ੍ਰਿਫਤਾਰ ਨਹੀਂ ਉਹ ਇਹਨਾਂ ਦੇ ਕੋਲ ਇਲੀਗਲ ਕਸਟਡੀ ਚ ਆਲਰੇਡੀ ਹੈਗਾ ਵਾ ਆਈ ਏਮ ਅਫਰੇਡ ਥੈਟ ਹੀ ਮੇ ਬੀ ਆਲਸੋ ਕਿਲਡ ਇਨ ਅ ਫੇਕ ਇਨਕਾਊਂਟਰ ਦੇ ਕੈਨ ਗੋ ਟੂ ਐਨ ਐਕਸਟੈਂਟ ਔਰ ਇਹ ਜਿਹੜਾ ਕੱਲ ਉਹਦੀ ਸਾਰੀ ਐਪੀਸੋਡ ਸਾਰਾ ਇੰਟਰਨੈਟ ਬੰਦ ਅਸੀਂ ਆਜ਼ਾਦ ਭਾਰਤ ਚ ਰਹਿੰਨੇ ਆ ਕਿ ਕਿਸੇ ਗੁਲਾਮ ਦੇਸ਼ ਵਿੱਚ ਰਹਿੰਨੇ ਆ ਪੀਪਲ ਡੂ ਨਾਟ ਹੈਵ ਦੇ ਆਰ ਨਾਟ ਅਲਾਉਡ ਟੂ ਈਵਨ ਯੂ نو ਐਕਸੈਸ ਟੂ ਵਾਟ ਇਜ਼ ਗੋਇੰਗ ਔਨ ਇਨ ਦ ਵਰਲਡ 24 ਘੰਟੇ ਅੱਜ ਸਾਡਾ ਇੰਟਰਨੈਟ ਬੰਦ ਹੈਗਾ ਤਾਂ ਕਿ ਭੋਗ ਤੇ ਜਨਤਾ ਨਾ ਇਕੱਠੀ ਹੋ ਜੇ ਤੇ ਲੋਕਾਂ ਨੇ ਤੁਸੀਂ ਦੇਖ ਲਿਆ ਕਿ ਜਦੋਂ ਤੁਸੀਂ ਕਿਸੇ ਗੱਲ ਨੂੰ ਪੰਜਾਬ ਨੂੰ ਦਬਾਉਨੇ ਆ ਉਹ ਉੱਡੀ ਹੀ ਤੇਜ਼ੀ ਦੇ ਨਾਲ ਉੱਭਰਦਾ ਸੋ ਮੈਂ ਉਮੀਦ ਕਰਦਾ ਵਾਂ ਕਿ ਜਿਹੜੀ ਸਰਕਾਰ ਹੈ ਉਹ ਤੁਕਮੇ ਕਦਮ ਚੱਕੇਗੀ ਸਿੱਧੂ ਮੂਸੇਵਾਲੇ ਦੇ ਕਾਤਲਾਂ ਜਿਹੜੇ ਵੀ ਹਨ ਜਿਹੜੇ ਉਹਨਾਂ ਦੇ ਮਾਪਿਓ ਜਿਹੜੇ ਉਹਦੇ ਪੇਰੈਂਟਸ ਅੱਛੀ ਤਰ੍ਹਾਂ ਜਾਣਦੇ ਕਿ ਨਾ ਕਿ ਇਹਨਾਂ ਦੇ ਨਾਲ ਦੁਸ਼ਮਣੀਆਂ ਸੀਗੀਆਂ ਜਿਨ੍ਹਾਂ ਨੇ ਉਹਨਾਂ ਦੀ ਸਿਕਿਉਰਿਟੀ ਡਿਟੇਲਸ ਸ਼ੇਅਰ ਕੀਤੀਆਂ ਔਰ ਜੇਲ੍ਹ ਵਿੱਚ ਆਦਮੀ ਇੱਕ ਗੈਂਗਸਟਰ ਸ਼ਰੀਆਮ ਕਹਿ ਰਿਹਾ ਹੈ ਮੈਂ ਸੁਲਮਾਨ ਖਾਨ ਨੂੰ ਠੋਕਣਾ ਵਾਂ ਮਾਰਨਾ ਵਾਂ ਅੱਜ ਤੱਕ ਕੋਈ ਕਾਰਵਾਈ ਨਹੀਂ ਇੱਕ ਹਫਤਾ ਹੋ ਗਿਆ ਦੋ ਇੰਟਰਵਿਊਸ ਚਾਹਿਆ ਹੋ ਗਿਆ ਨੋ ਐਕਸ਼ਨ ਐਟ 올 ਵਾਟ ਦਸ ਥਸਟਲ ਦਸ ਥਸਟਲਸ ਕੇ ਪੰਜਾਬ ਦੇ ਲੋਕਾਂ ਵਾਸਤੇ ਦੋਰੇ ਕਾਨੂੰਨ ਨੇ ਇਹ ਕਾਲੀ ਏਲੈਦਾ ਕਾਨੂੰਨ ਹੈ ਔਰ ਜਿਹੜੇ ਇਹ ਹਿੰਦੂਤਵਾ ਪੋਲਿਟਿਕਸ ਦਾ ਪ੍ਰਚਾਰ ਕਰਦੇ ਨੇ ਜਿਹੜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ ਉਹਨਾਂ ਲਈ ਕਾਨੂੰਨ ਹੋਰ ਹੈਗਾ ਉਹਨੂੰ ਐਕਸੈਸ ਇੰਟਰਵਿਊ ਆ ਔਰ ਜਿਹੜੇ ਜਰਨਲਿਸਟ ਉਹਨਾਂ ਨੂੰ ਕਰਕੇ ਕੋਈ ਪੁੱਛਣ ਵਾਲੇ ਨਹੀਂ ਇਸ ਇਹ ਅੱਜ ਪੰਜਾਬ ਦੇ ਵਾਤਾਵਰਨ ਆ ਔਰ ਮੈਂ ਇਸ ਗੱਲ ਦੀ ਨਿਖੇਧੀ ਕਰਦਾ ਵਾਂ ਔਰ ਉਹ ਗੱਲ ਠੀਕ ਹੈ ਹੀ ਬਲਕੌਰ ਸਿੰਘ ਨੇ ਕਿ ਜੱਜਸ ਨੂੰ ਚੀਫ ਜਸਟਿਸ ਨੂੰ ਮੇਰੀ ਅਪੀਲ ਆ ਪੰਜਾਬ ਰੈਣਾ ਹਾਈ ਕੋਰਟ ਨੂੰ ਕਿ ਸੂਵੋ ਮੋਟੋ ਕੌਗਨੀਸੈਂਸ ਲਵੋ ਤੇ ਉਸ ਗੈਂਗਸਟਰ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਕੀਤੀ